ਫਗਵਾੜਾ ਵਿਖੇ ਚੋਰਾਂ ਨੇ ਇਥੋਂ ਦੇ ਸਰਾਫਾ ਬਾਜ਼ਾਰ ਨਜ਼ਦੀਕ ਇੱਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੋਂ ਲੱਖਾਂ ਦੀ ਕੀਮਤ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੈ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਦੀਪਕ ਜਲੋਟਾ ਦਾ ਕਹਿਣਾ ਹੈ ਕਿ ਉਹਨਾਂ ਦਾ ਇੱਕ ਘਰ ਜਲੰਧਰ ਵਿੱਚ ਹੈ ਅਤੇ ਉਹ ਜਲੰਧਰ ਹੀ ਰਹਿੰਦਾ ਹੈ ਅਤੇ ਹਰ ਮਹੀਨੇ ਇੱਕ ਦੋ ਵਾਰ ਇੱਥੇ ਆ ਕੇ ਰਹਿੰਦੇ ਹਨ। ਅੱਜ ਸਵੇਰੇ ਜਦੋਂ ਆਏ ਤਾਂ ਦੇਖਿਆ ਕਿ ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਵਿੱਚੋਂ ਸਮਾਨ ਚੋਰੀ ਸੀ। ਉਹਨਾਂ ਦਾ ਕਹਿਣਾ ਹੈ ਕਿ ਕਰੀਬ 35 ਤੋਂ 40 ਤੋੜੇ ਸੋਨਾ, 1.5 ਲੱਖ ਦੀ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਹੋਇਆ ਹੈ। ਮੌਕੇ 'ਤੇ ਪਹੁੰਚੇ SI ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗਲੀ ਵਿੱਚ ਲੱਗੇ CCTV ਨੂੰ ਖੰਗਾਲਿਆ ਜਾ ਰਿਹਾ ਹੈ। ਮਹੀਨੇ ਬਾਅਦ ਅੱਜ ਆਏ ਹਾਂ, ਦੇਖਿਆ ਪੂਰਾ ਘਰ ਅਲਮਾਰੀਆਂ ਟੁੱਟੀਆਂ ਹੋਈਆਂ, ਸਾਰਾ ਗੋਲਡ ਗਿਆ, ਜਿੰਨਾ ਸਾਰਾ ਲੈ ਗਿਆ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਤੋੜਿਆ ਹੋਇਆ ਨਹੀਂ? ਅੱਜ ਘਰ ਆਪਾਂ ਸਵੇਰੇ ਆਏ ਨਾ, ਦੇਖਿਆ ਘਰ ਆਪਾਂ ਆਏ ਹਾਂ, ਮਹੀਨੇ ਬਾਅਦ ਆਈਦਾ ਸੀ 15 ਦਿਨ ਮਹੀਨੇ ਬਾਅਦ ਰਹਿਣ ਇੱਥੇ। ਅੱਜ ਦੇਖਿਆ ਕਿ ਤਾਂ ਘਰ ਸਾਰਾ ਅਲਮਾਰੀਆਂ 'ਚ ਕੁਛ ਹੈ ਹੀ ਕੁਛ ਨਹੀਂ ਗਾ। ਕਿੰਨੇ ਕੁ ਦਾ ਨੁਕਸਾਨ ਹੋਇਆ? ਨੁਕਸਾਨ ਗੋਲਡ ਰਹਿ ਗਿਆ, ਹੁਣ ਤਾਂ 39-40 ਤੋੜੇ ਸੋਨਾ ਸੀਗਾ, ਬਾਕੀ ਕੈਸ਼ ਸੀਗਾ। ਕੈਸ਼ 1.5 ਲੱਖ ਦੇ ਕਰੀਬ ਸੀਗਾ। ਸ਼ੱਕ ਆਂਢ ਗੁਆਂਢ ਹੋ ਸਕਦਾ, ਮੈਂ ਕਿਹਾ ਉਹ ਲਿਖਾ ਤਾ, ਜਿਹੜੇ ਸਾਡੇ ਘਰ ਦੇ ਕੋਲ ਸੀ ਕਿਰਾਏ ਦੇ ਰਹਿੰਦੇ, ਉਹ ਹਫ਼ਤਾ ਪਹਿਲਾਂ ਖਾਲੀ ਕਰਕੇ ਮਕਾਨ ਗਏ ਆ, ਇਮੀਡੀਏਟਲੀ ਖਾਲੀ ਕਰਕੇ ਗਏ ਆ। ਇਹ ਤੁਹਾਨੂੰ ਅੱਜ ਹੀ ਪਤਾ ਲੱਗਾ ਮਤਲਬ? ਹਾਂ, ਅੱਜ ਪਤਾ ਲੱਗਾ ਚੋਰੀ ਦਾ। ਪਰ ਇਹ ਨਹੀਂ ਪਤਾ ਲੱਗਾ ਚੋਰੀ ਕਦੋਂ ਹੋਈ ਹੈ? ਇਹ ਹਾਂ, ਹਫ਼ਤਾ ਪਹਿਲਾਂ ਹੋਈ ਜੀ, ਹਫ਼ਤਾ 10 ਦਿਨ ਪਹਿਲਾਂ। ਮਤਲਬ ਤੁਸੀਂ ਅੱਜ ਆ ਕੇ ਖੋਲਿਆ? ਅੱਜ ਦੇਖਿਆ ਸਾਡੇ ਕੁਛ ਨਾ, ਅਲਮਾਰੀ ਪੂਰੀ ਖਾਲੀ ਸੀ, ਟੁੱਟੀਆਂ ਹੋਈਆਂ ਅਲਮਾਰੀਆਂ, ਸਾਰੇ ਲੋਕ ਸਭ ਖਤਮ ਆ। ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਜੀ? ਪੁਲਿਸ ਪ੍ਰਸ਼ਾਸਨ ਸਾਡਾ ਜਲਦੀ ਤੋਂ ਜਲਦੀ ਦਵਾ ਦੇਵੇ, ਜੋ ਸਾਡਾ ਸਮਾਨ ਡਕੈਤੀ ਹੋਈ ਹੈ ਫਟਾਫਟ ਵਾਪਸ ਕਰੇ। ਸਬ ਇੰਸਪੈਕਟਰ ਗੁਰਮੀਤ ਸਿੰਘ, ਥਾਣਾ ਸ੍ਰੀ ਫਗਵਾੜਾ ਤੋਂ ਇੱਕ ਕਾਲ ਆਈ ਸੀ ਸਾਡੇ ਡਿਊਟੀ ਅਫਸਰ ਸਾਹਿਬ ਨੂੰ, PSC ਸੁਖਵਿੰਦਰ ਸਿੰਘ, ਕਿ ਜਲੋਟਿਆ ਮੁਹੱਲੇ ਦੇ ਵਿੱਚ ਇੱਕ ਬੰਦ ਮਕਾਨ 'ਚੋਂ ਚੋਰੀ ਕੀਤੀ ਗਈ ਹੈ, ਜਿਹਦੇ ਵਿੱਚੋਂ ਕੋਈ ਸੋਨਾ ਅਤੇ ਨਕਦੀ ਜਿਹੜੀ ਚੁਰਾਈ ਗਈ ਹੈ। ਅਤੇ ਕੀ ਨਾਮ ਇਹਨਾਂ ਦੀ ਚੋਰੀ ਵਗੈਰਾ ਹੋਈ ਹੈ? ਦੀਪਕ ਜਲੋਟਾ ਦੱਸ ਰਿਹਾ ਜੀ, ਜੋ ਕਿ ਆਪਣੇ ਜਲੰਧਰ ਵੀ ਮਕਾਨ ਹੈਗਾ, ਜਲੰਧਰ ਵੀ ਰਹਿ ਰਹੇ ਆ, ਜੋ ਕਿ 15-20 ਦਿਨ ਗੇੜਾ ਮਾਰਦੇ ਮਕਾਨ ਦੇ ਵਿੱਚ ਆ ਕੇ, ਇਹਨਾਂ ਆ ਕੇ ਦੇਖਿਆ ਅੱਜ, ਜੋ ਕਿ ਚੋਰੀ ਕੋਈ ਹਫ਼ਤਾ ਖੰਡ ਪਹਿਲਾਂ ਦੇਖੀ ਹੋਈ ਲੱਗਦੀ ਹੈ। ਨੁਕਸਾਨ ਦੱਸਿਆ? ਨੁਕਸਾਨ ਦੱਸ ਰਹੇ ਕੋਈ ਸੋਨਾ ਅਤੇ ਕੋਈ ਨਕਦੀ ਜਿਹੜੀ ਚੋਰੀ। ਕਾਰਵਾਈ ਕੀਤੀ ਜਾ ਰਹੀ ਆ, ਜੋ ਵੀ ਜਾਣ ਦੇਣਗੇ ਉਹਦੇ ਮੁਤਾਬਕ ਬਣਦੀ ਬਣਦੀ ਕਾਰਵਾਈ ਕੀਤੀ ਜਾ ਰਹੀ। ਕੋਲੇ ਕੈਮਰੇ ਲੱਗੇ, ਖੰਗਾਲੇ ਜਾਣਗੇ ਕੈਮਰੇ? ਬਿਲਕੁਲ ਖੰਗਾਲੇ ਜਾਣਗੇ, ਕਿਉਂਕਿ ਗਲੀ 'ਚ ਕੈਮਰਾ ਲੱਗਾ, ਉਹ ਦੇਖੇ ਜਾ ਰਹੇ। ਜਲਦੀ ਚੋਰ ਫੜੇ ਜਾਣਗੇ? ਜਲਦੀ ਤੋਂ ਜਲਦੀ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਏਗੀ। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत, ते हाँ नाल ही दोस्तां नूं पेज लाइक करन दे लई इनवाइट करना ना भुलणा। इन्ना ही नहीं, हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब TV। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं, अजीत दे वीडियो हुण तुसीं एप्पल TV दे उत्ते भी वेख सकदे हो, ते नाल ही अजीत अखबार दा डिजिटल एडिशन पढ़न दे लई डाउनलोड करो अजीत ई-पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।